ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਮੇਰੀਆਂ ਕਈ ਭੈਣਾਂ ਤੇ ਮੇਰੇ ਭੈਣ ਭਰਾਵਾਂ ਦਾ ਵੀਰਾਂ ਦਾ ਕਮੈਂਟ ਆਇਆ ਸੀ ਜੀ, ਦੀਦੀ ਸਾਨੂੰ ਤੁਸੀਂ ਕਮੀਜ਼ ਦੀ ਕਟਾਈ ਬਾਰੇ ਦੱਸੋ। ਹਾਂਜੀ, ਤੁਹਾਨੂੰ ਜ਼ਰੂਰ ਦੱਸਾਂਗੇ ਜੀ ਅਸੀਂ ਕਟਾਈ ਬਾਰੇ। ਹਾਂਜੀ ਅਮਰਜੀਤ ਭੈਣ ਜੀ, ਹਾਂਜੀ, ਤੁਹਾਡੇ ਲਈ ਤਾਂ ਅਸੀਂ ਸਪੈਸ਼ਲੀ ਇਹ ਵੀਡੀਓ ਬਣਾਈ ਹੈ ਜੀ, ਤੇ ਤੁਹਾਨੂੰ ਅੱਜ ਅਸੀਂ ਪੂਰਾ ਡਿਟੇਲ ਦੇ ਵਿੱਚ ਸਮਝਾਵਾਂਗੇ ਤੇ ਸੂਟ ਦੀ ਕਟਿੰਗ ਕਰਕੇ ਵੀ ਦਿਖਾਵਾਂਗੇ। ਜਿੰਨਾ ਤੁਸੀਂ ਸਾਨੂੰ ਨਾਪ ਦਿੱਤਾ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਅੱਜ ਅਸੀਂ ਕਟਿੰਗ ਕਰਕੇ ਦਿਖਾਵਾਂਗੇ। ਲੰਬਾਈ ਆਪਣੀ ਹੈਗੀ ਹੈ ਜੀ 43 ਇੰਚ, ਆਪਾਂ ਜੀ 3 ਇੰਚ ਵੱਧ ਰੱਖਾਂਗੇ। ਇਹ ਆਪਣਾ ਹੋ ਗਿਆ ਜੀ ਤਰਪਾਈ ਦੇ ਵਿੱਚ ਫੋਲਡ ਹੋ ਜਾਊਗਾ, 1 ਇੰਚ ਆਪਣਾ ਉੱਪਰੋਂ ਮਾਰਜਨ ਆ ਜਾਊਗਾ ਤੀਰੇ ਵਿੱਚੋਂ। ਤੇ ਹਾਂਜੀ, ਅੱਗੇ ਹੁਣ ਆਪਾਂ ਜਿਹੜਾ ਆਪਾਂ ਜੀ ਇਹਦੀ ਚੌੜਾਈ ਕੱਟਣੀ ਆ ਉਹ ਆਪਾਂ ਜੀ 14 ਕੱਟਣੀ, 2-2 ਇੰਚ ਆਪਾਂ ਐਕਸਟਰਾ ਕੱਪੜਾ ਕੱਟਣਾ ਹੁੰਦਾ ਏ। ਆਪਣੀ ਹਿੱਪ ਹੈਗੀ ਆ ਜੀ 26, 26 ਦੇ ਮੁਤਾਬਕ ਆਪਾਂ ਇਹਦਾ 4 ਇੰਚ ਵੱਧ ਲਵਾਂਗੇ ਜੀ, 2 ਇੰਚ ਉਧਰੋਂ ਫੋਲਡ ਕਰਨ ਵਾਸਤੇ, 2 ਇੰਚ ਉਧਰਲੇ ਪਾਸੇ ਫੋਲਡ ਕਰਨ ਵਾਸਤੇ। ਇਹ ਆਪਾਂ ਲੈ ਜੀ 14, ਆ ਦੇਖੋ ਜੀ। ਹਾਂਜੀ, ਹੁਣ ਆਪਾਂ ਇਹਦੇ ਮਾਰਕ ਲਾਵਾਂਗੇ ਕਟਾਈ ਵਾਸਤੇ। ਇਹਦੀ ਜਿਹੜੀ ਛਾਤੀ ਆ ਜੀ ਉਹ ਆਪਣੀ 25 ਆ, ਕਮਰ ਆਪਣੀ 24 ਆ ਤੇ ਹਿੱਪ ਆਪਣੀ 26 ਆ ਜੀ। ਆਪਾਂ ਉਹਦੇ ਹਿਸਾਬ ਨਾਲ ਤੀਰਾ ਲਾਵਾਂਗੇ ਜੀ, ਆਪਾਂ ਤੀਰਾ ਲਾਵਾਂਗੇ ਜੀ 7 ਤੇ ਕਟਾਈ ਕਰਾਂਗੇ ਆਪਾਂ, ਤੇ 13 ਇੰਚ ਤੀਰਾ ਤਿਆਰ ਰਹਿ ਜੂਗਾ ਇਹਦਾ ਜੀ। 7 ਤੇ ਕਟਾਈ ਕਰਾਂਗੇ, 13 ਇੰਚ ਤਿਆਰ ਰਹਿ ਜੂਗਾ ਜੀ। ਅੱਗੇ ਆਪਾਂ ਮੋਢੇ ਦੀ ਕਟਾਈ ਜਿਹੜੀ ਕਰਾਂਗੇ ਜੀ ਉਹ ਆਪਾਂ ਕਰਾਂਗੇ ਜੀ 7.25 ਤੇ, ਇਸ ਤਰ੍ਹਾਂ 7.25 ਤੇ ਨਿਸ਼ਾਨ ਲਾਉਣਾ ਹੈ ਆਪਾਂ, ਤੇ ਇਧਰੋਂ ਵੀ ਆਪਾਂ 7.25 ਤੇ ਹੀ ਨਿਸ਼ਾਨ ਲਾਉਣਾ ਹੈ। ਬੈਕ ਸਾਈਡ ਵਾਲਾ ਪੱਲਾ ਹੋ ਗਿਆ, ਆ ਫਰੰਟ ਸਾਈਡ ਵਾਲਾ ਪੱਲਾ ਹੋ ਗਿਆ ਜੀ। ਆਪਾਂ ਇਹਨਾਂ ਨੂੰ ਇਕੱਠਿਆਂ ਰੱਖ ਕੇ ਕਾਟ ਪਾਉਣੀ ਹੁੰਦੀ ਆ, ਨਾ ਕਿ ਆਪਾਂ ਇਕੱਲੇ ਇਕੱਲੇ ਦੀ ਕਾਟ ਨਹੀਂ ਪਾਉਣੀ ਹੁੰਦੀ, ਆਪਾਂ ਇਕੱਠੇ ਰੱਖ ਕੇ ਕਾਟ ਪਾਉਣੀ ਹੁੰਦੀ ਆ। ਹਾਂਜੀ, ਆਪਾਂ ਤੁਹਾਨੂੰ ਦੱਸਦੇ ਹਾਂ ਇੱਥੋਂ ਵੀ ਆਪਣਾ 7.25 ਹੋ ਗਿਆ ਜੀ, ਇੱਥੋਂ ਵੀ ਆਪਣਾ 7.25 ਹੋ ਗਿਆ ਜੀ। ਹੁਣ ਆਪਾਂ ਜੀ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ, ਇਸ ਤਰ੍ਹਾਂ ਆਪਾਂ ਮਿਲਾ ਲੈਣਾ ਜੀ, ਇਸ ਤਰ੍ਹਾਂ ਜੀ। ਅੱਗੇ ਆਪਾਂ ਜਿੰਨਾ ਆਪਾਂ ਇੱਥੋਂ ਤੀਰਾ ਰੱਖਿਆ 7, ਓਨਾ ਹੀ ਆਪਾਂ ਇੱਥੋਂ ਰੱਖਣਾ 7, ਆਪਣਾ ਆ ਗਿਆ ਨਾ ਇੱਥੋਂ 7, ਓਨਾ ਹੀ ਆਪਾਂ ਇੱਥੋਂ ਰੱਖਣਾ 7। ਹਾਂਜੀ, ਅੱਗੇ ਆਪਾਂ ਜੀ ਇਸ ਤਰ੍ਹਾਂ ਕਮਰ ਸੀਨ ਰੱਖਣੀ ਆ, ਕਮਰ ਸੀਨ ਕਿੰਨੀ ਆਪਣੀ ਜੀ 15 ਹੈ, ਤਾਂ ਆਪਾਂ 16 ਰੱਖਣੀ ਆ। ਅੱਧਾ ਇੰਚ ਆਪਣਾ ਜੀ ਪਲੋਈ ਦੇ ਵਿੱਚ ਮਾਰਜਨ ਆ ਜੂਗਾ, ਅੱਧਾ ਇੰਚ ਆਪਣਾ ਮੋਢੇ ਦੀ ਸਿਲਾਈ ਦੇ ਵਿੱਚ ਆ ਜੂਗਾ, 16 ਰੱਖ ਕੇ, ਤੇ ਇਹਦਾ ਆਪਾਂ ਹਾਫ ਕਰਨਾ ਜੀ 8, 8 ਤੇ ਆਪਾਂ ਪਲੋਈ ਪਾਵਾਂਗੇ। ਹਾਂਜੀ, ਅੱਗੇ ਆਪਾਂ ਜੀ ਇਹ ਜਿਹੜਾ ਆਪਣਾ ਰੱਖਿਆ ਸੀ 7.25, ਇਹਦਾ ਆਪਾਂ ਇੱਥੋਂ ਅੱਧ ਕਰਾਂਗੇ, 3.5 ਤੇ ਆਪਣਾ ਹੋ ਗਿਆ ਜੀ 7, ਤੇ ਆਪਾਂ ਜੀ 3.5 ਤੋਂ ਇੱਕ ਨਿਸ਼ਾਨ ਅੱਗੇ ਇਸ ਤਰ੍ਹਾਂ ਕਰਕੇ ਆਪਾਂ ਲਾਵਾਂਗੇ, ਇਸ ਤਰ੍ਹਾਂ ਜੀ ਇੱਥੋਂ ਆਪਾਂ ਲਾਵਾਂਗੇ ਜੀ ਫਿਟਿੰਗ ਦਾ ਨਿਸ਼ਾਨ। ਆਪਣੀ ਫਿਟਿੰਗ ਕਿੰਨੀ ਆ ਜੀ 25, ਛਾਤੀ ਕੋਲ 25 ਆ, ਆਪਾਂ 12.5 ਦੇ ਨਿਸ਼ਾਨ ਲਾਵਾਂਗੇ, ਇਸ ਤਰ੍ਹਾਂ 12.5 ਦੇ ਨਿਸ਼ਾਨ ਲਾਵਾਂਗੇ ਆਪਾਂ, 12.5 ਦੇ ਨਿਸ਼ਾਨ ਲਾ ਕੇ ਜੀ ਆਪਾਂ ਇਸ ਤਰ੍ਹਾਂ ਗਲਾਈ ਪਾਉਣੀ ਹੈ ਜੀ, ਇਸ ਤਰ੍ਹਾਂ ਆਪਾਂ ਇੱਥੋਂ ਇਹ ਨਿਸ਼ਾਨ ਨੂੰ ਇਹ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ, ਇਸ ਤਰ੍ਹਾਂ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਮਿਲਾ ਤਾ। ਇਹ ਆਪਣੀ ਕਿੰਨੀ ਕਾਟ ਪੈ ਗਈ 2.5 ਤੇ, ਇਹ ਆਪਣੀ ਬੈਕ ਸਾਈਡ ਵਾਲੀ ਕਾਟ ਪੈ ਗਈ 2.5 ਤੇ। ਹੁਣ ਆਪਾਂ ਜਿਹੜੀ ਫਰੰਟ ਵਾਲੀ ਪਾਵਾਂਗੇ ਜੀ ਉਹ ਆਪਾਂ ਇਸ ਤਰ੍ਹਾਂ ਪਾਵਾਂਗੇ ਜੀ, ਅੱਤ ਕੋਨੇ ਤੇ ਜ਼ਿਆਦਾ ਨਹੀਂ ਜਾਣਾ ਹੁੰਦਾ, ਇਸ ਤਰ੍ਹਾਂ ਪਾਵਾਂਗੇ ਜੀ ਆਪਾਂ, ਇਸ ਇਹ ਆਪਣੀ ਫਰੰਟ ਸਾਈਡ ਵਾਲੀ ਕਾਟ ਪੈ ਗਈ।
ਫਰੰਟ ਸਾਈਡ ਵਾਲਾ ਪੱਲਾ ਜੀ ਆਪਾਂ ਹਾਫ ਇੰਚ ਡਾਊਨ ਕਰਾਂਗੇ ਇਸ ਤਰ੍ਹਾਂ। ਪਹਿਲੇ ਫਰੰਟ ਸਾਈਡ ਵਾਲਾ ਹੀ ਕੱਟਣਾ ਹੈ, ਬੈਕ ਸਾਈਡ ਵਾਲਾ ਨਹੀਂ ਕੱਟਣਾ। ਅੱਗੇ ਜੀ ਆਪਣਾ ਹੈਗਾ ਇਹ ਫੀਟਿੰਗ ਦਾ ਨਿਸ਼ਾਨ, ਫੀਟਿੰਗ ਹੈਗੀ ਜੀ 24, ਆਪਾਂ 12 ਦੇ ਨਿਸ਼ਾਨ ਲਾਵਾਂਗੇ। ਆਪਾਂ ਇੱਥੇ ਪਲੋਈ ਪਾਉਣੀ ਜੀ, ਅੱਧਾ ਇੰਚ ਆਪਾਂ ਪਲੋਈ ਦਾ ਮਾਰਜਿਨ ਛੱਡਾਂਗੇ, ਆਪਾਂ 12.5 'ਤੇ ਲਾਵਾਂਗੇ ਜੀ ਨਿਸ਼ਾਨ। ਇਵੇਂ ਜੀ ਆਪਣੀ ਹਿੱਪ ਹੈ, ਹਿੱਪ ਆਪਣੀ ਹੈਗੀ 26, ਆਪਾਂ 13 ਦੇ ਨਿਸ਼ਾਨ ਲਾਵਾਂਗੇ ਜੀ ਇਸ ਤਰ੍ਹਾਂ। ਹਾਂਜੀ ਪਲੋਈ ਆਪਣੀ ਹੈਗੀ ਹੈ ਜੀ 12.5 'ਤੇ, ਆਹ ਦੇਖੋ ਜੀ 12.5 'ਤੇ ਆ ਆਪਣੀ ਪਲੋਈ। ਇੱਥੋਂ ਆਪਾਂ ਜੀ ਅੱਧਾ ਇੰਚ ਡਾਊਨ ਕਰਾਂਗੇ, 12.5 'ਤੇ ਨਿਸ਼ਾਨ ਲਾਵਾਂਗੇ ਜੀ ਇਸ ਤਰ੍ਹਾਂ। ਜਿਹੜਾ ਵੀ ਹੋਵੇ ਛਾਤੀ ਆਪਣੀ 24, 25, 23 ਅਤੇ 28, 29, ਉਹਦੀ ਜੀ ਪਲੋਈ ਜਿਹੜੀ ਪੈਂਦੀ ਹੁੰਦੀ ਹੈ ਉਹ ਆਪਣੀ ਪੈਂਦੀ ਹੁੰਦੀ ਹੈ 4.5 'ਤੇ, ਦੇਖੋ 4.5 'ਤੇ ਪਊਗੀ। ਉਂਝ ਨੋਰਮਲ ਆਪਾਂ ਪਾਉਣੀ ਆ ਜੀ 3, 3.5 'ਤੇ, ਇਹ ਆਪਣੀ ਪਊਗੀ ਜੀ 4.5 'ਤੇ ਇਸ ਤਰ੍ਹਾਂ। 7 ਇੰਚ ਦੀ ਪਲੋਈ ਪਾਵਾਂਗੇ ਆਪਾਂ ਇਹ ਜੀ ਇਸ ਤਰ੍ਹਾਂ। ਇੱਥੋਂ ਜੀ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਇਹਨੂੰ, ਇੱਥੋਂ ਜੀ ਆਪਾਂ ਪਲੋਈ ਕੋਲੋਂ 2 ਇੰਚ ਛੱਡਾਂਗੇ ਇਸ ਤਰ੍ਹਾਂ ਜੀ, ਆਪਾਂ ਨਿਸ਼ਾਨ ਲਾਵਾਂਗੇ। ਉਧਰੋਂ ਜੀ ਆਪਾਂ ਇੱਧਰੋਂ 2 ਇੰਚ ਛੱਡਾਂਗੇ, ਦੇਖੋ ਜੀ ਇਹ ਨਿਸ਼ਾਨ ਦੇ ਨਾਲ ਆਪਾਂ ਇਸ ਤਰ੍ਹਾਂ ਪਲੋਈ ਪਾਵਾਂਗੇ, ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਜੀ, ਦੇਖੋ ਜੀ ਇਸ ਤਰ੍ਹਾਂ ਨਿਸ਼ਾਨ ਆਪਣੇ ਪਲੋਈਆਂ ਦੇ ਲੱਗ ਗਏ। ਇਸ ਤਰ੍ਹਾਂ ਆਪਣਾ ਬੈਕ ਸਾਈਡ ਲੱਗ ਗਿਆ, ਆਹ ਫਰੰਟ ਸਾਈਡ ਲੱਗ ਗਿਆ ਜੀ ਨਿਸ਼ਾਨ ਆਪਣਾ ਕਮੀਜ਼ ਦੀ ਕਟਿੰਗ ਦਾ। ਹਾਂਜੀ ਇੱਕ ਗੱਲ ਤੁਹਾਨੂੰ ਹੋਰ ਸਮਝਾਉਣੀ ਹੈ ਜੀ, ਆਹ ਦੇਖੋ ਜੀ ਆਪਾਂ ਜਿੰਨੀ ਆਪਣੀ ਫਿਟਿੰਗ ਹੋਵੇ ਆਪਾਂ ਉਹਦਾ ਹਾਫ ਕਰਕੇ ਇੱਥੇ ਨਿਸ਼ਾਨ ਲਾਉਣਾ ਹੈ ਆਪਾਂ ਜੀ। ਜਿੰਨੀ ਆਪਣੀ ਫਿਟਿੰਗ ਹੋਵੇ, ਆਪਣੀ 25 ਫਿਟਿੰਗ ਸੀ ਆਪਾਂ 12.5 'ਤੇ ਨਿਸ਼ਾਨ ਲਾ ਕੇ, ਅਤੇ ਉਧਰੋਂ ਆਪਾਂ ਜੀ 7.5 'ਤੇ ਨਿਸ਼ਾਨ ਲਾ ਕੇ ਆਪਣਾ ਹਾਫ ਕਰਕੇ ਇਸ ਤਰ੍ਹਾਂ ਆਪਾਂ ਗੁਲਾਈ ਪਾਈ ਹੈ ਜੀ ਮੋਢੇ ਦੀ ਕਾਟ ਦੀ। ਅਤੇ ਜਿੰਨੀ ਜੀ ਆਪਣੀ ਫਿਟਿੰਗ ਹੋਵੇ ਉਹਦੇ ਹਿਸਾਬ ਨਾਲ ਆਪਾਂ ਜਦੋਂ ਕਾਟ ਪਾਵਾਂਗੇ ਤਾਂ ਆਪਣਾ ਮੋਢਾ ਉਨਾ ਹੀ ਬਣਨਾ ਜਿੰਨਾ ਆਪਣੀ ਫਿਟਿੰਗ ਦੇ ਹਿਸਾਬ ਨਾਲ। ਆਹ ਦੇਖੋ ਜੀ ਹੁਣ ਆਪਣਾ ਮੋਢਾ ਇਹ ਬਣ ਗਿਆ, ਐਂ ਆਪਾਂ ਮਿਲਦੇ ਹਾਂ ਜੀ। ਆਹ ਦੇਖੋ 10 ਇੰਚ ਪੂਰਾ ਤਿਆਰ ਆਪਣਾ ਮੋਢਾ ਬਣ ਗਿਆ, ਪੂਰਾ 10 ਇੰਚ ਤਿਆਰ। 8 ਇੰਚ ਮੋਢਾ ਨਹੀਂ ਆਉਂਦਾ ਜੀ ਛਾਤੀ ਫਿਟਿੰਗ ਦਾ, 8 ਇੰਚ ਮੋਢਾ ਕਦੇ ਵੀ ਨਹੀਂ ਆਉਂਦਾ। 8 ਮੋਢਾ ਆਉਂਦਾ ਹੁੰਦਾ ਜੀ 17, 18, 18.5, 17.5, 16, ਹਾਂਜੀ 8 ਮੋਢਾ ਇਹਨਾਂ ਫਿਟਿੰਗ ਦੇ ਨਾਪ ਦਾ ਆਉਂਦਾ ਹੁੰਦਾ ਜੀ। ਇੰਨੇ ਹੈਵੀ ਨਾਪ ਦਾ 8 ਮੋਢਾ ਕਦੇ ਵੀ ਨਹੀਂ ਆ ਸਕਦਾ। ਨਿਸ਼ਾਨ ਫਿਟਿੰਗ ਦੇ ਇਸ ਤਰ੍ਹਾਂ ਜੀ ਆਪਣੇ ਨਿਸ਼ਾਨ ਇਸ ਤਰ੍ਹਾਂ ਜੀ। ਇਹ ਆਪਾਂ ਕਟਿੰਗ ਕਰਦੇ ਹਾਂ ਜੀ ਇਸ ਤਰ੍ਹਾਂ, ਇਹ ਆਪਣੀ ਫਿਟਿੰਗ ਦੇ। ਇਸੇ ਤਰ੍ਹਾਂ ਹੀ ਆਪਾਂ ਕੈਂਚੀ ਦੀ ਨੋਕ ਨਾਲ ਜੀ ਆਪਾਂ ਇੱਧਰਲੇ ਪਾਸੇ ਨਿਸ਼ਾਨ ਲਾ ਲਾਂਗੇ। ਹਾਂਜੀ ਹੁਣ ਦੱਸਦੇ ਹਾਂ ਤੁਹਾਨੂੰ ਬੈਕ ਸਾਈਡ ਗਲਾ ਕੱਟਣ ਬਾਰੇ। ਆਪਾਂ ਕਰਦੇ ਕਟਿੰਗ ਨਿਸ਼ਾਨ ਲਾਇਆ ਹੈ ਇਸ ਤਰ੍ਹਾਂ ਕਰਾਂਗੇ ਆਪਾਂ ਫਰੰਟ ਪੱਲੇ ਦੀ ਕਟਿੰਗ। ਆਹ ਦੇਖੋ ਇਹ ਆਪਣੀ ਹੋ ਗਈ ਫਰੰਟ ਪੱਲੇ ਦੀ ਕਟਿੰਗ, ਆਹ ਬੈਕ ਸਾਈਡ ਦੀ।
ਹੁਣ ਆਪਾਂ ਜੀ ਮੂਹਰੇ ਤਾਂ ਆਪਣੇ ਲੱਗ ਜੂਗਾ ਕਰਾਉਂਦਾ ਲੱਗ ਲਾ, ਹੁਣ ਆਪਾਂ ਬੈਕ ਸਾਈਡ ਗਲੇ ਦੀ ਤੁਹਾਨੂੰ ਕਟਾਈ ਲੱਗਦੇ ਹਾਂ। ਬੈਕ ਸਾਈਡ ਗਲਾ ਆਪਣਾ ਹੈਗਾ ਜੀ 5 ਇੰਚ, ਇਹ ਜੀ ਆਪਾਂ 3 ਇੰਚ ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਚੜਾਈ ਦੇ ਵਿੱਚ, ਤੇ ਲੰਬਾਈ ਦੇ ਵਿੱਚ ਲਾਵਾਂਗੇ ਜੀ ਆਪਾਂ 5.5, ਕਿਉਂਕਿ ਜੀ ਆਪਣਾ 1/2 ਇੰਚ ਮਾਰਜਨ ਦੇ ਵਿੱਚ ਆ ਜਾਣਾ। ਉੱਪਰੋਂ ਆਪਾਂ 3 ਲਾਇਆ ਜੀ ਨਿਸ਼ਾਨ, ਨੀਚਿਓਂ ਆਪਾਂ ਲਾਉਣਾ 2.5 ਇਸ ਤਰ੍ਹਾਂ, ਫਿਰ ਆਪਾਂ ਜੀ ਇਸ ਤਰ੍ਹਾਂ ਮਿਲਾ ਦੇਣਾ ਇਹਨਾਂ ਨੂੰ ਇਸ ਤਰ੍ਹਾਂ ਜੀ, ਆਪਾਂ ਇਹਦੀ ਗੁਲਾਈ ਦੇ ਦੇਣੀ ਹੈ, ਫਿਰ ਆਪਾਂ ਕਰ ਦੇਣੀ ਹੈ ਜਿਹਦੀ ਕਟਿੰਗ ਇਸ ਤਰ੍ਹਾਂ ਜੀ। ਆਪਣਾ ਬੈਕ ਸਾਈਡ ਗਲਾ ਹੈ ਜਿਹੜਾ ਉਹ ਕੱਟਿਆ ਜਾਊਗਾ। ਹਾਂਜੀ, ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।